मोबाइल छोड़ दे यार, ला नारे ला छोड़ दे। ਸ਼ੈਲੀ ਕੌਂਸਲਰ ਜਿਹੜੇ ਕੋਈ ਸਾਡੇ ਨਾਲ ਮੌਜੂਦ ਨੇ, ਸ਼ੈਲੀ ਜੀ ਇਸ ਵੇਲੇ ਤਾਂ ਇਹ ਦੱਸੋ ਕਿ ਜਿਹੜਾ ਅੱਜ ਇੱਥੇ ਇੰਨਾ ਇਕੱਠ ਕੀਤਾ ਗਿਆ ਹੈ, ਜਿਹੜਾ ਪ੍ਰਦਰਸ਼ਨ ਚੱਲ ਰਿਹਾ ਇਹ ਜਾਰੀ ਰਹੇਗਾ? ਅੱਜ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਰਦਾਰ ਨਵਜੋਤ ਸਿੰਘ ਦੀ ਅਗਵਾਈ ਦੇ ਹੇਠ ਰੋਸ ਧਰਨਾ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਲਗਾਇਆ ਗਿਆ, ਇਹਦੇ ਵਿੱਚ ਤੁਸੀਂ ਦੇਖੋ ਵੀ ਹਜ਼ਾਰਾਂ ਦੀ ਗਿਣਤੀ ਤਰਾਏ ਹੋਏ ਲੋਕ ਕਿਸਾਨਾਂ ਦੇ ਨਾਲ ਖੜੇ ਆ। ਇਹ ਜਿਹੜੀਆਂ ਗੱਲਾਂ ਮੋਦੀ ਸਰਕਾਰ ਕਹੀ ਇਹ ਬਿਲਕੁਲ ਨਹੀਂ, ਇਹ ਇੱਕਦਮ ਇਹ ਜਬਰਨ ਸਾਰਾ ਲਗਾਇਆ ਗਿਆ, ਕਿਸੇ ਕੋਲ ਸਹਿਮਤੀ ਨਹੀਂ ਲਈ ਗਈ। ਦੇਖੋ ਇਹ ਅਕਾਲੀ ਦਲ ਪਹਿਲਾਂ ਇਹਨਾਂ ਦੇ ਨਾਲ ਸਹਿਮਤ ਹੋਇਆ, ਜੋ ਲੋਕਾਂ ਦੀ ਕਚਹਿਰੀ ਦੇ ਵਿੱਚ ਜੁੱਤੀਆਂ ਪੈਣ ਦਾ ਟਾਈਮ ਆਇਆ ਤਾਂ ਅੱਜ ਅਕਾਲੀ ਦਲ ਉਸ ਤੋਂ ਅਸਤੀਫਾ ਦੇ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰ ਰਿਹਾ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਥੇ ਸੱਚੇ ਸੁੱਚੇ ਲੋਕਾਂ ਦਾ ਬੋਲ ਪੈਣਾ। ਅੱਜ ਵੀ ਵੇਖ ਲਓ, ਇੱਕ ਸਾਲ ਬਾਅਦ ਸਰਦਾਰ ਨਵਜੋਤ ਸਿੰਘ ਸਿੱਧੂ ਬਾਹਰ ਨਿਕਲੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇੱਕ ਫੋਨ ਕਰਨ ਦੇ ਇੱਥੇ ਪਹੁੰਚੇ ਆ। ਸਾਰਾ ਪੰਜਾਬ ਸਰਦਾਰ ਨਵਜੋਤ ਸਿੰਘ ਦੇ ਸਿੱਧੂ ਦੇ ਨਾਲ ਨੇ। ਆਉਣ ਵਾਲਾ ਸਮੇਂ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਤੁਹਾਨੂੰ ਸੜਕਾਂ ਦੇ ਉੱਤੇ ਇਸ ਤਰ੍ਹਾਂ ਹੀ ਕਿਸਾਨਾਂ ਨਾਲ ਮੁਜ਼ਾਹਰੇ ਕਰਦੇ ਨਜ਼ਰ ਆਣਗੇ। ਸ਼ੈਲੀ ਜੀ, ਜਿਹੜਾ ਅੱਜ ਪ੍ਰਦਰਸ਼ਨ ਏਡਾ ਭਾਰੀ ਜਿਹੜਾ ਇਕੱਠ ਹੋਇਆ ਜਿਹੜਾ ਚੱਲ ਰਿਹਾ ਵਾ, ਇਹ ਕੀ ਲੋਕ ਇਹ ਦੋ ਚਾਰ ਦਿਨ ਰੋਲਾ ਪਾ ਕੇ ਠੰਮ ਤਾਂ ਨਹੀਂ ਜਾਊਗਾ? ਨਹੀਂ ਜੀ, ਸਾਡਾ ਪੂਰਾ ਕਿਸਾਨਾਂ ਦੇ ਨਾਲ ਜਥੇਬੰਦੀਆਂ ਨਾਲ ਪੂਰਾ ਪ੍ਰੋਗਰਾਮ ਲਿਖਿਆ ਗਿਆ ਵਾ। ਹਰ ਥਾਂ 'ਤੇ ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਲੋੜ ਪੈਗੀ ਉੱਥੇ 'ਤੇ ਪਹੁੰਚਣਗੇ। ਸਾਡਾ ਸਾਰਾ ਅੱਜ ਹਲਕਾ ਪਹੁੰਚਿਆ, ਤੁਸੀਂ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਘੱਟੋ ਘੱਟ 5-7 ਹਜ਼ਾਰ ਬੰਦਾ, ਤੁਸੀਂ ਕੈਮਰਾ ਘੁਮਾ ਕੇ ਦੇਖੋ ਇੱਥੇ ਪਹੁੰਚਿਆ ਆ। ਹਰ ਬੰਦਾ ਦਿਲ ਤੋਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਪਿਆਰ ਕਰਦਾ। ਸੋ ਨਵਜੋਤ ਸਿੰਘ ਸਿੱਧੂ ਜੋ ਵੀ ਪ੍ਰੋਗਰਾਮ ਲਿਖੇਗਾ ਸਾਰੀ ਦੁਨੀਆ ਉਹਦੇ ਨਾਲ ਹੈ। ਕਿੰਨੇ ਕੁ ਵਜੇ ਦਾ ਆਉਂਦਾ ਟਾਈਮ ਆ ਨਵਜੋਤ ਸਿੰਘ ਸਿੱਧੂ ਸਾਹਿਬ ਜਿਹੜੇ ਇੱਥੇ ਆ ਰਹੇ ਨੇ? ਹਾਂ ਬਿਲਕੁਲ, 11:30 ਵਜੇ ਦਾ ਟਾਈਮ ਹੈ। ਬਿਲਕੁਲ 5-7 ਮਿੰਟ ਤੱਕ ਨਵਜੋਤ ਸਿੰਘ ਸਿੱਧੂ ਇੱਥੇ ਪਹੁੰਚ ਰਹੇ ਨੇ। ਤੁਸੀਂ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਿਆਰ ਕਰਨ ਵਾਲੇ ਇੱਥੇ ਪਹੁੰਚੇ, ਡੀਕ ਰਹੇ 5-7 ਮਿੰਟ 'ਚ ਵੱਧ ਤੋਂ ਵੱਧ ਪਹੁੰਚ। ਸੋ ਮਿਹਰਬਾਨੀ, ਇਹ ਸੀ ਸਾਡੇ ਨਾਲ ਸ਼ੈਲਿੰਦਰ ਸਿੰਘ ਸ਼ੈਲੀ ਭੰਡਾਰੀ ਪੁੱਲ ਦੇ ਉੱਤੇ, ਜੋ ਕਿ ਅਸੀਂ ਤੁਹਾਨੂੰ ਦਿਖਾਇਆ ਜਾ ਰਿਹਾ। ਅੱਗੇ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਆ ਰਹੇ, ਉਹਨਾਂ ਨਾਲ ਪ੍ਰਦਰਸ਼ਨ ਜੋ ਵੀ ਉਹਨਾਂ ਨਾਲ ਗੱਲਬਾਤ ਹੋਏਗੀ ਉਹ ਅਸੀਂ ਆਪਣੇ ਪੰਜਾਬ ਫੋਕਸ ਦੀ ਟੀਮ ਦੇ ਵੱਲੋਂ ਹੀ ਰੂਬਰੂ ਕਰਾਏ ਜਾਣਗੇ। ਹੁਣ ਸਾਡੇ ਨਾਲ ਚਰਨਜੀਤ ਬੱਬਾ ਜੀ ਸਾਡੇ ਨਾਲ ਮੌਜੂਦ ਨੇ। ਚਰਨਜੀਤ ਬੱਬਾ ਜੀ, ਚਰਨਜੀਤ ਬੱਬਾ ਜੀ, ਅੱਜ ਜਿਹੜੇ ਕਿ ਇੰਨਾ ਭਾਰੀ ਇਕੱਠ ਇੱਥੇ ਜਿਹੜਾ ਹੋਇਆ ਵਾ, ਇਹ ਕੀ ਸੰਘਰਸ਼ ਜਿਹੜਾ ਚੱਲ ਰਿਹਾ ਕਿ ਜਾਰੀ ਰਹੇਗਾ?
बिल्कुल जी, ये एंड तक जारी रहेगा जिन्ना तकर सेंटर गोरमेंट का काला कानून वापस नहीं लेंदी। साड़ा संघर्ष किसानों के हक में इस तरह ही जारी रहेगा। तो मैं एक गल होर कहना चाहता हाँ कि ये किसान सिर्फ अनाज तक सीमित नहीं आ, ये वो किसान ने जिन्होंने देश की आज़ादी में भी बड़ा योगदान पाया वा, तो जिन्हां दे करके अज असी ये आनंद भोग रहे हैं, तो उ जो मतलब कि सरकार है जिन्हां दे करके अज देश आज़ादी मान रहे हैं। तो बहुत दुख होंदा आ जदों सरकार यह काला कानून कढ़ दियां, तो असी किसानां दे हक में जिथों तक भी अही जाना पाया उन्हां दे नाल खड़े हाँ। तो असी बेनती करते हैं कि कोशिश ही है कि साड़ी कि जिहड़ा काला कानून है जल्दी तो जल्द वापस लिता जाए जां कि किसानां नूं राहत मिल सके। कई बार इस तरह हो चुके आया कि कई बार इन्ना संघर्ष जो हों उदों रौला भी पैंदा, इस तरह ही संघर्ष चलते रहिंदे आ, ये दो दिन ही पैंदा उस तों बाद खत्म हो जाता? नहीं जी, बिल्कुल इहो जी गल नहीं है। देश दीआं लड़ाइयां चलियां हमेशा ही 10-10-20 साल, जिन्ना तक उत्थों तक ही कामयाब नहीं हो जाते लड़ाई उन्ना तक जारी रहेगी जी। सो धन्यवाद जी, इसे चरणजीत बाबा जी साढ़े नाल जिन्होंने कहा कि संघर्ष चाली जारी रहेगा। सो हुण नवजोत सिंह जी सिद्धू साहब